ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣਾ ਕੋਠੀ 2000 ਸਕੇਅਰ ਫੁੱਟ ਆ, ਇਹਦੇ ਵਿੱਚ ਖਰਚਾ ਦੱਸਾਂਗੇ ਆਪਾਂ ਕਿੰਨਾ ਆਇਆ। ਆਪਣੀ ਫਰੰਟ ਟਾਇਰ ਲੱਗੀ ਹੋਈ ਹੈ 200 ਫੁੱਟ ਆ, ਜਿਹੜਾ ਫਲੋਰ ਆ ਉਹ ਡਬਲ ਚਾਰਜਰ 2x2 ਦਾ, ਫਲੋਰ ਟਾਇਰ ਆ 2x2 ਦਾ। ਸਾਰੀ ਵੀਡੀਓ ਦੇਖ ਲਓ ਪਹਿਲਾਂ, ਦੇਖਣ ਦੇ ਬਾਅਦ ਇਕੱਲੀ ਇਕੱਲੀ ਡਿਟੇਲ ਦਾ ਖਰਚਾ ਦੱਸਾਂਗੇ ਕਿੰਨਾ ਕਿੰਨਾ ਲੱਗਦਾ। ਵਾਲ ਟਾਇਰ ਆ ਜਿਹੜੀ ਆਪਣੀ 5-5 ਫੁੱਟ ਲੱਗੀ ਹੋਈ ਆ, ਜਿਹੜਾ ਫਲੋਰ ਆ 2x2 ਦਾ ਲੱਗਿਆ ਹੋਇਆ। ਆਪਣੀ ਵਾਲ ਟਾਇਲ ਆ ਇਹ 5 ਫੁੱਟ ਲੱਗੀ ਹੋਈ ਆ। ਇਹਦੇ ਵਿੱਚ ਇੱਕ ਆਪਣਾ ਕਿਚਨ ਆ, ਕਿਚਨ ਨੂੰ ਪੱਥਰ ਲੱਗਿਆ, ਡਬਲ ਮੋਲਡਿੰਗ ਆ। ਇਹਦਾ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਕਿੰਨਾ ਖਰਚਾ ਆਉਂਦਾ, ਕਿਆ ਕਿਆ ਲੇਬਰ ਲਿੱਤੀ ਆਪਾਂ ਨੇ। ਆਪਣਾ ਕਿਚਨ ਆ ਇਹ ਡਬਲ ਮੋਲਡਿੰਗ ਆ, ਸ਼ੈਂਕਾ 45x20 ਦਾ, ਥੱਲੇ 2x2 ਦੀ ਲੱਗੀ ਆ। ਇੱਧਰ ਆਪਣਾ ਰੂਮ ਆ, 15x13 ਦਾ ਰੂਮ ਆ ਇਹ। ਜਿਹੜਾ ਆਪਣਾ ਫਲੋਰ ਟਾਇਲ ਆ ਉਹ 2x2 ਦੀ ਆ, ਉਹ ਪੇਟੀ ਦੇ ਵਿੱਚ 16 ਫੁੱਟ ਮਾਲ ਹੁੰਦਾ ਹੈ। ਜਿਹੜੀ ਵਾਲ ਟਾਇਲ ਆ ਉਹ ਆਪਣਾ 9 ਫੁੱਟ ਮਾਲ ਹੁੰਦਾ ਹੈ ਪੇਟੀ ਦੇ ਵਿੱਚ। ਆਪਣਾ ਟੋਟਲ 2000 ਫੁੱਟ ਆ, 800 ਫੁੱਟ ਫਲੋਰ ਆ ਅਤੇ 1200 ਫੁੱਟ ਆਪਣੀ ਵਾਲ ਟਾਇਲ ਆ, ਵਿੱਚ ਕਿਚਨ ਅਤੇ ਫਰੰਟ, ਇਹ 1200 ਫੁੱਟ ਆ ਟੋਟਲ। ਜਿਹੜਾ ਪੱਥਰ ਗ੍ਰੇਨਾਈਟ ਆ ਉਹ ਅਲੱਗ ਆ, ਉਹ 100 ਰੁਪਏ ਫੁੱਟ 48 ਫੁੱਟ ਆ ਉਹ ਗਾਂ। ਵੀਡੀਓ ਦੇ ਵਿੱਚ ਸਾਰਾ ਰੇਟ ਬਣਾ ਕੇ ਦੱਸਾਂਗੇ। ਆ ਜਾਓ ਕਰਦੇ ਹਾਂ ਵੀਡੀਓ ਸ਼ੁਰੂ, ਆ ਜਾਓ। ਧੰਨਵਾਦ। ਆਪਾਂ 2000 ਸਕੇਅਰ ਫੁੱਟ ਦੀ ਮਤਲਬ ਖਰਚਾ ਦੇਖਣਾ ਕਿੰਨਾ ਆਉਂਦਾ 2000 ਸਕੇਅਰ ਫੁੱਟ। ਆਪਣੀ ਜਿਹੜੀ ਫਲੋਰ ਟਾਇਲ ਆ ਉਹ 800 ਫੁੱਟ ਆ, ਮਤਲਬ ਟੋਟਲ ਆਪਣੀ 2000 ਫੁੱਟ ਆ। ਆਪਣੀ ਫਲੋਰ ਟਾਇਲ ਆ ਜਿਹੜੀ 800 ਫੁੱਟ ਆ। ਜਿਹੜੀ ਕਿਚਨ ਦੀ ਵਾਲ ਫਰੰਟ ਹੋ ਗਿਆ, ਫਰੰਟ ਵਾਲ ਟਾਇਲ ਹੋ ਗਈ, ਇਹ ਆਪਣੀ 1200 ਫੁੱਟ ਆ। ਆਪਣਾ ਰੇਤਾ ਕਿੰਨਾ ਲੱਗਣਾ, ਬਾਕੀ ਲੇਬਰ ਸਾਰਾ ਕੁਛ ਦੇਖਿਆ, ਸਾਰਾ ਕੁਛ ਵੀਡੀਓ ਦੇ ਵਿੱਚ ਦੱਸਾਂਗੇ। ਇਹ ਆਪਣਾ 800 ਫੁੱਟ ਫਲੋਰ ਆ ਜਿਹੜਾ, ਇਹ 2x2 ਦਾ ਡਬਲ ਚਾਰਜ ਹੈ। ਇਹ ਇੱਕ ਇੱਕ ਫੁੱਟ ਇੱਕ ਪੇਟੀ ਦੇ ਵਿੱਚ 16 ਫੁੱਟ ਮਾਲ ਹੁੰਦਾ ਹੈ।